ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਦੀ ਕਲਾਸ ਦੇ ਵਿੱਚ ਅਸੀਂ ਕਵਰ ਕਰਾਂਗੇ ਭਾਰਤੀ ਸੰਵਿਧਾਨ ਦੇ ਵਿਕਾਸ ਦੇ ਨਾਲ ਰਿਲੇਟਿਡ ਇੰਪੋਰਟੈਂਟ MCQ। ਦੇਖੋ, ਹੁਣ ਤੱਕ ਮੈਂ ਤੁਹਾਨੂੰ ਪੂਰੇ 22 ਪਾਇੰਟ ਕਵਰ ਕਰਵਾ ਚੁੱਕੀ ਹਾਂ ਭਾਰਤੀ ਸੰਵਿਧਾਨ ਦੇ, ਜਿਸ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥਿਊਰੀ ਲੈਕਚਰ ਲਗਾਏ ਸੀ। ਅਤੇ ਅੱਜ ਦੀ ਕਲਾਸ ਦੇ ਵਿੱਚ ਅਸੀਂ ਸਟਾਰਟਿੰਗ ਤੋਂ, ਬੇਸਿਕ ਤੋਂ, ਕਲਾਸ 1 ਤੋਂ ਭਾਰਤੀ ਸੰਵਿਧਾਨ ਦੇ MCQ ਸਟਾਰਟ ਕਰ ਰਹੇ ਹਾਂ। ਅਤੇ ਇਹਨਾਂ MCQ ਦੇ ਵਿੱਚ ਅਸੀਂ ਭਾਰਤੀ ਸੰਵਿਧਾਨ ਦਾ ਪਾਰਟ 1 ਕਵਰ ਕਰਨ ਵਾਲੇ ਹਾਂ, ਜਿਸ ਦੇ ਵਿੱਚ ਮੈਂ ਤੁਹਾਨੂੰ ਕਰਵਾਵਾਂਗੀ ਕਿ ਭਾਰਤੀ ਸੰਵਿਧਾਨ ਦੇ ਸੋਰਸ ਕੀ ਸੀਗੇ, ਭਾਰਤੀ ਸੰਵਿਧਾਨ ਬਣਨ ਦਾ ਸਰੋਤ ਕੀ ਸੀ। ਦੇਖੋ, ਸੰਵਿਧਾਨ ਦੀ ਸਥਾਪਨਾ ਅਲੱਗ ਅਲੱਗ ਅਧੀਨਿਜ਼ਮ ਦੇ ਮਾਧਿਅਮ ਨਾਲ ਕੀਤੀ ਗਈ। ਜਿੰਨੇ ਵੀ ਅਧੀਨਿਜ਼ਮ ਭਾਰਤ ਵਿੱਚ ਬ੍ਰਿਟਿਸ਼ ਕਾਲ ਦੇ ਵਿੱਚ ਲਾਗੂ ਕੀਤੇ ਗਏ ਸੀ, ਉਹੀ ਬਾਅਦ ਵਿੱਚ ਜਾ ਕੇ ਸੰਵਿਧਾਨ ਦੇ ਵਿਕਾਸ ਦਾ ਆਧਾਰ ਬਣੇ ਸੀ। ਅਤੇ ਅੱਜ ਅਸੀਂ ਉਹਨਾਂ ਹੀ ਅਧੀਨਿਜ਼ਮ ਦੇ ਨਾਲ ਰਿਲੇਟਿਡ ਇੰਪੋਰਟੈਂਟ MCQ ਕਰਾਂਗੇ, ਜਿਹੜੇ ਕਿ ਅਲੱਗ ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ। ਇਹ ਜਿਹੜੇ ਕੁਐਸਚਨ ਮੈਂ ਤੁਹਾਨੂੰ ਅੱਜ ਦੇ ਪਾਰਟ 1 ਦੇ ਵਿੱਚ ਕਰਵਾਉਣ ਵਾਲੀ ਹੈ, ਜ਼ਿਆਦਾਤਰ SSC UPSC ਦੇ ਲੈਵਲ ਦੇ ਪੇਪਰਾਂ ਦੇ ਵਿੱਚ ਆਏ ਹੋਏ ਆ। ਅਤੇ ਇਸ MCQ ਦੇ ਵਿੱਚੋਂ ਜਿਹੜੇ SSC ਅਤੇ UPSC ਦਾ ਲੈਵਲ ਆ, ਇਹੀ ਪੰਜਾਬ ਦੇ ਪੇਪਰਾਂ ਦੇ ਵਿੱਚ ਰਿਪੀਟ ਕਰ ਦਿੱਤੇ ਜਾਂਦੇ ਆ। ਇਸ ਕਰਕੇ ਮੈਂ ਤੁਹਾਡੇ ਲਈ ਉਹ ਸਾਰੇ MCQ ਲਏ ਆ ਜਿਹੜੇ ਕਿ ਅਲੱਗ ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਰਿਪੀਟ ਹੋ ਚੁੱਕੇ ਨੇ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ, ਜਿਸ ਦੇ ਵਿੱਚ ਤੁਹਾਨੂੰ ਬਹੁਤ ਕੁਝ ਨਵਾਂ ਪਤਾ ਚੱਲੇਗਾ। ਅਤੇ ਕੱਲ੍ਹ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ ਸੰਵਿਧਾਨ ਦੀ ਸਭਾ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ MCQ। ਉਸ ਤੋਂ ਬਾਅਦ ਪਾਰਟ ਵਾਈਜ਼ ਹੀ MCQ ਅਸੀਂ ਸਟਾਰਟ ਕਰ ਦੇਵਾਂਗੇ। ਤਾਂ ਸ਼ੁਰੂ ਕਰਦੇ ਹਾਂ ਜੀ ਅਸੀਂ ਕੁਐਸਚਨ ਨੰਬਰ 1 ਤੋਂ। ਭਾਰਤੀ ਸੰਵਿਧਾਨ ਦਾ ਮੁੱਖ ਸਰੋਤ ਕੀ ਹੈ? ਹਾਂਜੀ, ਭਾਰਤੀ ਸੰਵਿਧਾਨ ਦਾ ਮੁੱਖ ਸਰੋਤ ਆ ਭਾਰਤ ਸਰਕਾਰ ਐਕਟ 1935। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। 1935 ਦੇ ਐਕਟ ਦੁਆਰਾ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦਾ ਵਟਾਂਦਰਾ ਕੀਤਾ ਗਿਆ ਸੀ। ਅਤੇ ਇਸ ਅਧੀਨਿਜ਼ਮ ਦੀ 7ਵੀਂ ਅਨੁਸੂਚੀ ਵਿੱਚ ਸੰਘ ਸੂਚੀ, ਰਾਜ ਸੂਚੀ, ਸੰਵਰਤੀ ਸੂਚੀ ਦਾ ਉਲੇਖ ਕੀਤਾ ਗਿਆ, ਜਿਸ ਨੂੰ ਬਾਅਦ ਵਿੱਚ ਸੰਵਿਧਾਨ ਦੀ 7ਵੀਂ ਅਨੁਸੂਚੀ ਵਿੱਚ ਐਜ਼ ਇਟ ਇਜ਼ ਸ਼ਾਮਿਲ ਕਰ ਦਿੱਤਾ ਗਿਆ। ਸੰਵਿਧਾਨ ਵਿੱਚ ਰਾਸ਼ਟਰਪਤੀ ਦੇ ਅਧਿਆਦੇਸ਼ ਦੀ ਸ਼ਕਤੀ ਵੀ ਅਸੀਂ 1935 ਦੇ ਐਕਟ ਦੁਆਰਾ ਹੀ ਲਈ ਆ। ਅਖਿਲ ਭਾਰਤੀ ਮਹਾਂਸੰਘ ਸਥਾਪਿਤ ਕਰਨ ਦਾ ਉਲੇਖ ਵੀ 1935 ਦੇ ਐਕਟ ਵਿੱਚ ਹੀ ਕੀਤਾ ਗਿਆ ਸੀ। ਅਤੇ ਇਸ ਦੁਆਰਾ ਰਾਜਾਂ ਵਿੱਚ ਕਾਨੂੰਨੀ ਰਾਜ ਨੂੰ ਖਤਮ ਕਰਕੇ ਕੇਂਦਰਾਂ ਵਿੱਚ ਕੇਂਦਰ ਸਰਕਾਰ ਨੂੰ ਉਹ ਜਿਹੜਾ ਕਾਨੂੰਨੀ ਰਾਜ ਆ ਉਹ ਦੇ ਦਿੱਤਾ ਗਿਆ ਸੀ। ਮਤਲਬ 1935 ਦੇ ਕੁਝ ਅਧੀਨਿਜ਼ਮ ਜਿਹੜੇ 1935 ਦਾ ਅਧੀਨਿਜ਼ਮ ਸੀ, ਇਹਦੇ ਵਿੱਚੋਂ ਕੁਝ ਕਾਨੂੰਨ ਐਜ਼ ਇਟ ਇਜ਼ ਹੀ ਭਾਰਤੀ ਸੰਵਿਧਾਨ ਦੇ ਵਿੱਚ ਲਏ ਗਏ। ਅਤੇ 1935 ਦਾ ਅਧੀਨਿਜ਼ਮ ਇਹੀ ਸਾਡੇ ਭਾਰਤੀ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਅਸਲੀ ਆਧਾਰ ਬਣਿਆ ਸੀ ਕਿ ਜੇ ਭਾਰਤੀ ਸੰਵਿਧਾਨ ਬਣ ਜਾਏ ਤਾਂ ਕੁਝ ਰੂਲ ਇਹਦੇ ਵਿੱਚੋਂ ਹੀ ਇਸ ਤਰ੍ਹਾਂ ਲਏ ਜਾਣਗੇ। ਠੀਕ ਹੈ, ਤਾਂ ਨੈਕਸਟ ਕੁਐਸਚਨ ਆ ਜੀ ਅਸੀਂ ਕਰਦੇ ਹਾਂ। ਰਾਸ਼ਟਰਪਤੀ ਦੇ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਕਿਸ ਅਧੀਨਿਜ਼ਮ ਤੋਂ ਲਈ ਗਈ ਆ? ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਰਾਸ਼ਟਰਪਤੀ ਦੇ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਭਾਰਤ ਸਰਕਾਰ ਐਕਟ 1935 ਤੋਂ ਲਈ ਗਈ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਬ੍ਰਿਟਿਸ਼ ਪਾਰਲੀਮੈਂਟ। ਹਾਂਜੀ, ਬ੍ਰਿਟਿਸ਼ ਪਾਰਲੀਮੈਂਟ ਨੇ ਕਿਸ ਐਕਟ ਦੁਆਰਾ ਚਾਹ ਅਤੇ ਚੀਨ ਨਾਲ ਵਪਾਰ ਨੂੰ ਛੱਡ ਕੇ ਭਾਰਤ ਨਾਲ ਈਸਟ ਇੰਡੀਆ ਕੰਪਨੀ ਦੇ ਵਪਾਰਕ ਏਕਾਧਿਕਾਰ ਨੂੰ ਖਤਮ ਕਰ ਦਿੱਤਾ? ਦੇਖੋ, ਅੰਗਰੇਜ਼ ਜਦੋਂ ਆਏ ਸੀ ਨਾ ਭਾਰਤ ਵਿੱਚ ਸ਼ਾਮਿਲ ਹੋਣ ਲਈ ਆਏ ਸੀ, ਜਹਾਂਗੀਰ ਦਾ ਸਮਾਂ ਸੀ ਜਦੋਂ ਇਹ ਆਏ ਸੀ। ਜਹਾਂਗੀਰ ਗੁਰੂ ਅਰਜਨ ਦੇਵ ਜੀ ਦੇ ਪੈਰਲਰ ਇੱਕ ਮੁਸਲਮਾਨ ਬਾਦਸ਼ਾਹ ਸੀਗੇ। ਇਹਨਾਂ ਦਾ ਸਮਾਂ ਸੀਗਾ ਜਦੋਂ ਅੰਗਰੇਜ਼ ਆਏ ਸੀ, ਅਤੇ ਉਹਨਾਂ ਨੇ ਇਹਨਾਂ ਤੋਂ ਪਰਮਿਸ਼ਨ ਲਈ ਸੀ ਕਿ ਅਸੀਂ ਭਾਰਤ ਨਾਲ ਵਪਾਰ ਕਰਨਾ ਚਾਹੁੰਦੇ ਹਾਂ। ਮਸਾਲਿਆਂ ਦਾ ਵਪਾਰ ਸੀ, ਅਤੇ ਜਿਹੜੀ ਇਹਨਾਂ ਨੇ ਕੰਪਨੀ ਖੋਲ੍ਹੀ ਸੀ ਦਿੱਲੀ ਦੇ ਵਿੱਚ, ਉਹਦਾ ਨਾਮ ਸੀ ਈਸਟ ਇੰਡੀਆ ਕੰਪਨੀ। ਪਰ ਜਦੋਂ ਇਹ ਭਾਰਤ ਦੇ ਵਿੱਚ ਭੇਤ ਪਾ ਗਏ ਸੀ ਕਿ ਇੱਥੇ ਤਾਂ ਇਹ ਸਿਸਟਮ ਚੱਲ ਰਿਹਾ ਕਿ ਜਦੋਂ ਅਸੀਂ ਕਿਸੇ ਜਗ੍ਹਾ 'ਤੇ ਹਮਲਾ ਕਰ ਦਿੰਦੇ ਹਾਂ ਉੱਥੇ ਸਾਡਾ ਰਾਜ ਹੋ ਜਾਂਦਾ, ਜਦੋਂ ਰਾਜਾ ਹਾਰ ਜਾਂਦਾ, ਤਾਂ ਇਹਨਾਂ ਨੇ ਕੀ ਕੀਤਾ, ਈਸਟ ਇੰਡੀਆ ਕੰਪਨੀ ਦੇ ਤਹਿਤ ਪੂਰੇ ਭਾਰਤ 'ਤੇ ਹੀ
ਆਪਣਾ ਹੱਕ ਅਜ਼ਮਾ ਲਿਆ ਸੀ। ਠੀਕ ਹੈ, ਆਪਣਾ ਹੱਕ ਅਜ਼ਮਾਉਣ ਦਾ ਮਤਲਬ ਕਿ ਪੂਰੇ ਭਾਰਤ 'ਤੇ ਇਹਨਾਂ ਨੇ ਹਮਲਾ ਕਰਤਾ, ਛੋਟੇ ਛੋਟੇ ਇਲਾਕਿਆਂ ਤੋਂ ਸਟਾਰਟ ਹੋ ਕੇ। ਪਹਿਲਾਂ ਲੜਾਈ ਹੋਈ ਸੀਗੀ 1757 ਦੇ ਵਿੱਚ ਪਲਾਸੀ ਦੀ ਲੜਾਈ ਹੋਈ ਸੀ, ਕਿਉਂਕਿ ਬੰਗਾਲ ਦਾ ਨਵਾਬ ਸੀਗਾ ਸਿਰਾਜ਼ੂਦੌਲਾ, ਉਹਨਾਂ ਨੇ ਇਹਨਾਂ ਨੂੰ ਸੰਦੇਸ਼ ਭੇਜਿਆ ਸੀਗਾ ਕਿ ਤੁਸੀਂ ਜੇ ਵਪਾਰ ਕਰਨਾ ਵਾ ਤਾਂ ਬੰਦਿਆਂ ਵਾਂਗ ਵਪਾਰ ਕਰੋ, ਸੈਨਾ ਨਾ ਰੱਖੋ। ਇਹ ਕਹਿੰਦੇ ਜੇ ਤੈਨੂੰ ਦਰਦ ਹੋ ਰਿਹਾ ਸਾਡੇ ਸੈਨਾ ਰੱਖਣ ਤੋਂ, ਤੂੰ ਆ ਕੇ ਸਾਡੇ ਨਾਲ ਯੁੱਧ ਕਰ ਲਾ। ਅਤੇ ਸਿਰਾਜ਼ੂਦੌਲਾ ਨੂੰ ਇਹਨਾਂ ਨੇ ਹਰਾਤਾ ਅਤੇ ਆਪਣੀ ਜਿਹੜੀ ਸੈਨਾ ਰੱਖਣੀ ਰੱਖੀ ਆ ਉਹ ਜਾਰੀ ਰੱਖੀ, ਅਤੇ ਨਾਲ ਦੀ ਨਾਲ ਇਹਨਾਂ ਨੇ ਬੰਗਾਲ 'ਤੇ ਸਭ ਤੋਂ ਪਹਿਲਾਂ ਕਬਜ਼ਾ ਕੀਤਾ। ਇੱਦਾਂ ਹੀ ਕਬਜ਼ਾ ਕਰਦੇ 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 ਇਹਨਾਂ ਨੇ ਪੂਰੇ ਭਾਰਤ ਨੂੰ ਆਪਣੇ ਅਧੀਨ ਲੈ ਲਿਆ। ਬਾਅਦ ਵਿੱਚ ਈਸਟ ਇੰਡੀਆ ਕੰਪਨੀ ਦਾ ਜਿਹੜਾ ਵਪਾਰ ਦੇ ਮਾਧਿਅਮ ਨਾਲ ਆਈ ਹੋਈ ਸੀਗੀ ਇੱਧਰ ਕਿ ਅਸੀਂ ਵਪਾਰ ਕਰਨਾ ਚਾਹੁੰਦੇ ਹਾਂ, ਤਾਂ ਉਹ ਵਪਾਰ ਸਾਰਾ ਕੁਛ ਬੰਦ ਕਰਤਾ। ਸਿਰਫ ਉਸ ਦੇ ਅਧੀਨ ਚਾਹ ਦਾ ਵਪਾਰ ਚਾਲੂ ਰੱਖਿਆ ਅਤੇ ਚੀਨ ਨਾਲ ਵਪਾਰ ਨੂੰ ਛੱਡ ਕੇ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਜਿੰਨੇ ਵੀ ਹੋਰ ਏਕਾਧਿਕਾਰ ਸੀ ਸਭ ਨੂੰ ਖਤਮ ਕਰਤਾ ਇਹਨਾਂ ਨੇ। ਠੀਕ ਹੈ, ਕਦੋਂ ਖਤਮ ਕੀਤਾ? 1813 ਦਾ ਚਾਰਟਰ ਅਧੀਨਿਜ਼ਮ ਬਣਾ ਕੇ ਉਸਦੇ ਤਹਿਤ ਖਤਮ ਕਰ ਦਿੱਤਾ। 1813 ਦਾ ਚਾਰਟਰ ਅਧੀਨਿਜ਼ਮ, ਇਸ ਐਕਟ ਦੁਆਰਾ ਹੀ ਭਾਰਤ ਵਿੱਚ ਈਸਾਈਆਂ ਨੂੰ ਈਸਾਈ ਧਰਮ ਦਾ ਪ੍ਰਚਾਰ ਕਰਨ ਦੀ ਸੁਤੰਤਰਤਾ ਦਿੱਤੀ ਗਈ ਸੀ। ਮਤਲਬ ਕੀ ਆ ਕਿ ਹੁਣ ਤੁਹਾਨੂੰ ਇੱਥੋਂ ਕਲੀਅਰ ਹੋ ਗਿਆ ਕਿ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਆ ਇਹਦੇ ਕੁਝ ਐਕਟ ਸੀਗੇ ਬਣਾਏ, ਇਹਨੇ ਕੁਝ ਰੂਲ ਬਣਾਏ ਸੀ ਈਸਟ ਇੰਡੀਆ ਕੰਪਨੀ ਦੇ, ਜਿਹਦੇ ਅਕੋਰਡਿੰਗ ਇਹਨਾਂ ਨੇ ਬਾਅਦ 'ਚ ਭਾਰਤ 'ਤੇ ਆਪਣਾ ਰਾਜ ਜਦੋਂ ਕੀਤਾ ਅਤੇ ਉਹ ਕੁਝ ਰੂਲ ਬਣਾਤੇ ਕਿ ਇਹਦੇ ਅਕੋਰਡਿੰਗ ਇਹ ਹੋਇਆ ਕਰੂਗਾ, ਇਹਦੇ ਅਕੋਰਡਿੰਗ ਤੁਹਾਡੇ 'ਤੇ ਇਸ ਚੀਜ਼ ਦਾ ਇੰਨਾ ਕਰ ਲੱਗੂਗਾ, ਇਹਦੇ ਅਕੋਰਡਿੰਗ ਤੁਹਾਨੂੰ ਪੈਨਸ਼ਨ ਨਹੀਂ ਦਿੱਤੀ ਜਾਊਗੀ, ਇਹਦੇ ਅਕੋਰਡਿੰਗ ਤੁਹਾਡੇ ਗੋਦ ਲਏ ਹੋਏ ਬੱਚਿਆਂ ਨੂੰ ਤੁਹਾਡੀ ਜ਼ਮੀਨ 'ਚੋਂ ਕੋਈ ਹਿੱਸਾ ਨਹੀਂ ਦਿੱਤਾ ਜਾਊਗਾ। ਠੀਕ ਹੈ, ਇਸ ਤਰ੍ਹਾਂ ਦੇ ਐਕਟ ਸੀਗੇ ਵਿੱਚ ਬਣਾ ਦਿੱਤੇ। ਨੈਕਸਟ ਹੈ, ਹੇਠ ਲਿਖੇ ਐਕਟਾਂ ਵਿੱਚੋਂ ਕਿਸ ਵਿੱਚ ਕਲਕੱਤਾ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਲਈ ਉਪਬੰਧ ਕੀਤਾ ਗਿਆ? ਹਾਂਜੀ, ਇਹਨਾਂ ਐਕਟਾਂ ਦੇ ਵਿੱਚੋਂ ਕਿਹੜਾ ਐਕਟ ਹੈ ਜਿਹਦੇ ਵਿੱਚ ਕਲਕੱਤਾ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ? ਤਾਂ ਇਹ ਐਕਟ ਹੈ ਜੀ ਰੈਗੂਲੇਟਿੰਗ ਐਕਟ 1773, ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਸ ਐਕਟ ਦੁਆਰਾ ਹੀ ਬੰਗਾਲ ਦੇ ਗਵਰਨਰ ਨੂੰ ਬੰਗਾਲ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ ਸੀ। ਮਤਲਬ ਗਵਰਨਰ ਦਾ ਆਉਂਦਾ ਗਵਰਨਰ ਜਨਰਲ ਦੇ ਵਿੱਚ ਚੇਂਜ ਕਰ ਦਿੱਤਾ ਗਿਆ ਅਤੇ ਬੰਗਾਲ ਦਾ ਪਹਿਲਾ ਗਵਰਨਰ ਜਨਰਲ ਬਣਿਆ ਸੀ ਵਾਰਨ ਹੈਸਟਿੰਗਸ। ਨੈਕਸਟ ਹੈ ਜੀ, ਕਿਹੜਾ ਐਕਟ ਕੇਂਦਰ ਵਿੱਚ 2 ਸਦਨੀ ਵਿਧਾਨ ਸਭਾ ਲੈ ਕੇ ਆਇਆ? ਹਾਂਜੀ, ਕਿਹੜਾ ਐਕਟ ਸੀ ਜਿਹੜਾ ਕੇਂਦਰ ਦੇ ਵਿੱਚ 2 ਸਦਨੀ ਵਿਧਾਨ ਸਭਾ ਲੈ ਕੇ ਆਇਆ? ਦੇਖੋ, ਹੁਣ ਆਪ ਸੰਸਦ ਦੇ ਕਿੰਨੇ ਸਦਨ ਆ? 2 ਹੀ ਆ। ਕਿਹੜੇ ਸਦਨ ਆ? ਰਾਜ ਸਭਾ ਦਾ ਅਤੇ ਲੋਕ ਸਭਾ ਦਾ। ਠੀਕ ਹੈ, ਰਾਜ ਸਭਾ ਨੂੰ ਅਸੀਂ ਉੱਪਰਲਾ ਸਦਨ ਬੋਲਦੇ ਹਾਂ ਅਤੇ ਲੋਕ ਸਭਾ ਨੂੰ ਹੇਠਲਾ ਸਦਨ ਬੋਲਦੇ ਹਾਂ। ਇਸੇ ਤਰ੍ਹਾਂ ਜਦੋਂ ਸੰਵਿਧਾਨ ਲਾਗੂ ਨਹੀਂ ਹੋਇਆ ਸੀ ਉਸ ਸਮੇਂ ਇੱਕ ਐਕਟ ਸੀਗਾ ਜਿਹੜਾ 2 ਸਦਨੀ ਵਿਧਾਨ ਸਭਾ ਨੂੰ ਲੈ ਕੇ ਆਇਆ ਅਤੇ ਇਸ ਐਕਟ ਦਾ ਨਾਮ ਆ 1919 ਐਕਟ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਠੀਕ ਹੈ, ਜਿਹੜਾ ਐਕਟ ਕੇਂਦਰ ਵਿੱਚ 2 ਸਦਨੀ ਵਿਧਾਨ ਲੈ ਕੇ ਆਇਆ, 2 ਸਦਨੀ ਵਿਧਾਨ ਸਭਾ ਦਾ ਨਾਮ ਕੀ ਸੀਗਾ? ਇਹਨਾਂ ਦੀ ਜਿਹੜੀ 2 ਸਦਨੀ ਵਿਧਾਨ ਸੀ ਉਹਦਾ ਨਾਮ ਸੀਗਾ, ਇੱਕ ਤਾਂ ਸੀਗਾ ਰਾਜ ਪ੍ਰੀਸ਼ਦ, ਦੂਸਰੇ ਦਾ ਨਾਮ ਸੀਗਾ ਵਿਧਾਨ ਸਭਾ। ਠੀਕ ਹੈ, ਪਹਿਲੇ ਦਾ ਨਾਮ ਸੀ ਰਾਜ ਪ੍ਰੀਸ਼ਦ, ਦੂਜੇ ਦਾ ਨਾਮ ਸੀ ਵਿਧਾਨ ਸਭਾ। ਰਾਜ ਪ੍ਰੀਸ਼ਦ ਇਹਦਾ ਉੱਪਰਲਾ ਸਦਨ ਸੀ, ਵਿਧਾਨ ਸਭਾ ਹੇਠਲਾ ਸਦਨ ਸੀ। ਠੀਕ ਹੈ, ਅਤੇ ਉਹ ਵੀ ਅਸੀਂ ਇਹਦੇ ਤੋਂ ਹੀ ਮਤਲਬ ਕਿ ਜਾਣਕਾਰੀ ਲਈ ਆ, ਬਸ ਨਾਮ ਚੇਂਜ ਕੀਤੇ ਗਏ ਆ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਜੀ, ਭਾਰਤੀ ਵਿਧਾਨ ਸਭਾ ਨੂੰ ਕਿਸ ਦੇ ਦੁਆਰਾ ਪਹਿਲੀ ਵਾਰ 2 ਸਦਨੀ ਬਣਾਇਆ ਗਿਆ? ਹਾਂਜੀ, ਭਾਰਤੀ ਵਿਧਾਨ ਸਭਾ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਕਿਹਦੇ ਦੁਆਰਾ 2 ਸਦਨੀ ਵਿਧਾਨ ਸਭਾ ਬਣਾਇਆ ਗਿਆ? 1919 ਦੇ ਭਾਰਤ ਸਰਕਾਰ ਐਕਟ ਦੁਆਰਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਹੇਠ ਲਿਖੀਆਂ ਕਾਰਵਾਈਆਂ ਦੇ ਨਤੀਜੇ ਵਜੋਂ ਬਰਮਾ ਭਾਰਤ ਤੋਂ ਵੱਖ ਹੋਇਆ? ਹਾਂਜੀ, ਬਰਮਾ ਨੂੰ ਭਾਰਤ ਤੋਂ ਕਿਹੜੇ ਐਕਟ ਦੁਆਰਾ ਵੱਖ ਕੀਤਾ ਗਿਆ? ਦੇਖੋ, ਤੁਸੀਂ ਮੈਪ ਦੇ ਵਿੱਚ ਦੇਖੋਗੇ, ਮੈਪ ਦੇ ਵਿੱਚ ਦੇਖੋ ਧਿਆਨ ਦੇ ਨਾਲ, ਇੱਥੇ ਤੁਹਾਨੂੰ ਦਿਖ ਰਿਹਾ ਵਾ ਕਿ ਜਿਹੜਾ ਬਰਮਾ ਵਾ ਉਹ
ਵੰਡ ਦੇ ਨਾਲ ਕੀ ਹੋਇਆ, ਭਾਰਤ ਤੋਂ ਅਲੱਗ ਹੋ ਗਿਆ ਵਾ, ਠੀਕ ਹੈ। ਪਰ ਕਿਹਦੇ ਕਿਹੜੇ ਐਕਟ ਦੇ ਤਹਿਤ ਉਹਦੀ ਵੰਡ ਕੀਤੀ ਗਈ ਸੀ? 1935 ਦੇ ਭਾਰਤ ਸਰਕਾਰ ਅਧੀਨਿਜ਼ਮ ਦੁਆਰਾ ਬਰਮਾ ਨੂੰ ਭਾਰਤ ਤੋਂ ਅਲੱਗ ਕਰ ਦਿੱਤਾ ਗਿਆ ਸੀ, ਠੀਕ ਹੈ। 1935 ਦੇ ਵਿੱਚ ਕਾਫ਼ੀ ਜ਼ਿਆਦਾ ਰੂਲ ਕਾਨੂੰਨ ਬਣਾ ਦਿੱਤੇ ਗਏ ਸੀ, ਜਿਹੜੇ ਮੈਂ ਤੁਹਾਨੂੰ ਆਲਰੇਡੀ ਸਟਾਰਟਿੰਗ ਦੇ ਵਿੱਚ ਦੱਸ ਚੁੱਕੀ ਹਾਂ। ਨੈਕਸਟ ਹੈ, ਭਾਰਤ ਵਿੱਚ ਸੰਘੀ ਪ੍ਰਣਾਲੀ ਅਤੇ ਕੇਂਦਰ ਵਿੱਚ ਕਾਨੂੰਨੀ ਸ਼ਾਸਨ ਕਦੋਂ ਲਾਗੂ ਕੀਤਾ ਗਿਆ, ਹਾਂਜੀ, ਜਾਂ ਕਿਹੜੇ ਐਕਟ ਦੇ ਤਹਿਤ ਲਾਗੂ ਕੀਤਾ ਗਿਆ ਸੀ? ਭਾਰਤ ਵਿੱਚ ਸੰਘੀ ਪ੍ਰਣਾਲੀ ਅਤੇ ਕੇਂਦਰ ਵਿੱਚ ਕਾਨੂੰਨੀ ਸ਼ਾਸਨ ਦੁਆਰਾ 1935 ਦੇ ਐਕਟ ਦੁਆਰਾ ਲਾਗੂ ਕੀਤਾ ਗਿਆ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਸ ਦੁਆਰਾ ਸੰਵਿਧਾਨਿਕ ਤਾਨਾਸ਼ਾਹੀ ਦਾ ਸਿਧਾਂਤ ਪੇਸ਼ ਕੀਤਾ ਗਿਆ, ਹਾਂਜੀ, ਸੰਵਿਧਾਨਿਕ ਤਾਨਾਸ਼ਾਹੀ ਦਾ ਸਿਧਾਂਤ ਪੇਸ਼ ਕੀਤਾ ਗਿਆ 1935 ਦੇ ਭਾਰਤ ਸਰਕਾਰ ਐਕਟ ਦੁਆਰਾ? ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਕਿਸ ਐਕਟ ਨੇ ਭਾਰਤੀਆਂ ਲਈ ਆਪਣੇ ਦੇਸ਼ ਦੇ ਪ੍ਰਸ਼ਾਸਨ ਵਿੱਚ ਕੁਝ ਹਿੱਸਾ ਲੈਣਾ ਸੰਭਵ ਬਣਾਇਆ, ਹਾਂਜੀ, ਕਿਹੜਾ ਐਕਟ ਆ ਜਿਹਨੇ ਭਾਰਤੀਆਂ ਦੇ ਲਈ ਆਪਣੇ ਦੇਸ਼ ਦੇ ਪ੍ਰਸ਼ਾਸਨ ਵਿੱਚ ਹਿੱਸਾ ਲੈਣਾ ਸੰਭਵ ਬਣਾਤਾ ਸੀਗਾ? ਤਾਂ ਇਹ ਸੀਗਾ ਚਾਰਟਰਡ ਐਕਟ 1833। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਇਸ ਐਕਟ ਦੇ ਤਹਿਤ ਹੀ ਭਾਰਤ ਦੇ ਕਿਸੇ ਵੀ ਵਿਅਕਤੀ ਨੂੰ ਧਰਮ, ਜਨਮ ਸਥਾਨ ਜਾਂ ਮੂਲ ਵੰਸ਼ ਦੇ ਆਧਾਰ 'ਤੇ ਈਸਟ ਇੰਡੀਆ ਕੰਪਨੀ ਦੇ ਅਧੀਨ ਆਉਂਦੇ ਕਿਸੇ ਵੀ ਆਉਂਦੇ ਦੇ ਅਯੋਗ ਨਹੀਂ ਠਹਿਰਾਇਆ ਜਾਵੇਗਾ। ਮਤਲਬ ਇਸ ਐਕਟ ਦੇ ਤਹਿਤ ਭਾਰਤੀਆਂ ਨੂੰ ਈਸਟ ਇੰਡੀਆ ਕੰਪਨੀ ਦੇ ਜਿੰਨੇ ਆਉਂਦੇ ਸੀਗੇ ਵੱਡੇ ਵੱਡੇ, ਚਾਹੇ ਉਹ ਗਵਰਨਰ ਦਾ ਆਉਂਦਾ ਸੀ, ਚਾਹੇ ਉਹ ਸੈਨਾ ਦੇ ਵਿੱਚ ਪ੍ਰਮੁੱਖ ਦਾ ਆਉਂਦਾ ਸੀਗਾ, ਉਹ ਸਾਰੇ ਆਉਂਦਿਆਂ ਦੇ ਅਯੋਗ ਨਹੀਂ ਠਹਿਰਾਇਆ ਜਾਵੇਗਾ। ਜੇਕਰ ਤੁਸੀਂ ਬਣਨ ਦੇ ਲਾਇਕ ਹੋ ਤਾਂ ਤੁਹਾਨੂੰ ਇਹ ਆਉਂਦੇ ਦਿੱਤੇ ਜਾਣਗੇ, ਠੀਕ ਹੈ। ਨੈਕਸਟ ਹੈ, ਬਰਤਾਨਵੀ ਭਾਰਤ ਵਿੱਚ ਫਿਰਕੂ ਪ੍ਰਤੀਨਿਧਤਾ ਦੀ ਵਿਵਸਥਾ ਹੇਠ ਲਿਖਿਆਂ ਐਕਟਾਂ ਵਿੱਚੋਂ ਕਿਸ ਦੁਆਰਾ ਕੀਤੀ ਗਈ, ਹਾਂਜੀ, ਬ੍ਰਿਟਿਸ਼ ਭਾਰਤ ਵਿੱਚ ਫਿਰਕੂ ਪ੍ਰਤੀਨਿਧਤਾ ਦੀ ਵਿਵਸਥਾ ਮਿੰਟੋ ਮੋਰਲੇ ਸੁਧਾਰ ਦੁਆਰਾ ਕੀਤੀ ਗਈ? ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਠੀਕ ਹੈ, ਤੁਸੀਂ ਧਿਆਨ ਦੇ ਵਿੱਚ ਰੱਖਣਾ। ਬ੍ਰਿਟਿਸ਼ ਭਾਰਤ ਵਿੱਚ ਫਿਰਕੂ ਪ੍ਰਤੀਨਿਧਤਾ ਦੀ ਵਿਵਸਥਾ ਕਿਹਦੇ ਦੁਆਰਾ ਕੀਤੀ ਗਈ? ਮਿੰਟੋ ਮੋਰਲੇ ਸੁਧਾਰ ਦੁਆਰਾ। ਦੇਖੋ, ਇਹਦਾ ਨਾਮ ਮਿੰਟੋ ਮੋਰਲੇ ਕਿਉਂ ਰੱਖਿਆ ਗਿਆ? ਕਿਉਂਕਿ ਇਸ ਸਮੇਂ ਲਾਰਡ ਮੋਰਲੇ ਜਿਹੜੇ ਸੀਗੇ ਉਹ ਇੰਗਲੈਂਡ ਵਿੱਚ ਭਾਰਤ ਦੇ ਰਾਜ ਸਕੱਤਰ ਸੀ, ਅਤੇ ਲਾਰਡ ਮਿੰਟੋ ਸੀਗੇ ਇੱਕ ਉਹ ਭਾਰਤ ਵਿੱਚ ਵਾਇਸ ਰਾਏ ਸੀ। ਇਹ ਐਕਟ ਇਹਨਾਂ ਦੋਵਾਂ ਨੇ ਮਿਲ ਕੇ ਬਣਾਇਆ ਸੀ, ਇਸ ਕਰਕੇ ਇਸਦਾ ਨਾਮ ਮਿੰਟੋ ਮੋਰਲੇ ਸੁਧਾਰ 1919 ਐਕਟ ਰੱਖਿਆ ਗਿਆ, ਠੀਕ ਹੈ। ਅਤੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ, ਤੁਹਾਨੂੰ ਪੁੱਛ ਸਕਦੇ ਆ ਕਿ ਕਿਸ ਐਕਟ ਨੂੰ ਮੋਰਲੇ ਮਿੰਟੋ ਸੁਧਾਰ ਵਜੋਂ ਜਾਣਿਆ ਜਾਂਦਾ ਵਾ। ਨੈਕਸਟ ਹੈ, ਹਾਂਜੀ, ਇਹ ਜਿਹੜਾ ਕੁਐਸਚਨ ਆ UPSC 2003 ਦੇ ਪੇਪਰ ਵਿੱਚ ਆਇਆ ਵਾ, ਭਾਰਤੀ ਵਿਧਾਨ ਪਰਿਸ਼ਦ ਨੂੰ ਹੇਠ ਲਿਖੇ ਅਧੀਨਿਜ਼ਮ ਵਿੱਚੋਂ ਕਿਸ ਦੇ ਤਹਿਤ ਬਜਟ 'ਤੇ ਬਹਿਸ ਕਰਨ ਦੀ ਸ਼ਕਤੀ ਮਿਲੀ? ਹਾਂਜੀ, ਭਾਰਤੀ ਵਿਧਾਨ ਪਰਿਸ਼ਦ ਨੂੰ ਇਹਨਾਂ ਨਿਯਮਾਂ ਦੇ ਵਿੱਚੋਂ ਇੰਡੀਅਨ ਕੌਂਸਲ ਐਕਟ 1892 ਦੇ ਤਹਿਤ ਬਜਟ 'ਤੇ ਬਹਿਸ ਕਰਨ ਦੀ ਪਰਮਿਸ਼ਨ ਮਿਲੀ ਸੀ, ਸ਼ਕਤੀ ਮਿਲੀ ਸੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਜੀ, ਕੇਂਦਰ ਵਿੱਚ ਕਿਸ ਐਕਟ ਦੇ ਤਹਿਤ ਲੀਗਲ ਗਵਰਨੈਂਸ ਦੀ ਸਥਾਪਨਾ ਕੀਤੀ ਗਈ? ਹਾਂਜੀ, ਕੇਂਦਰ ਵਿੱਚ ਲੀਗਲ ਗਵਰਨੈਂਸ ਦੀ ਸਥਾਪਨਾ ਕੀਤੀ ਗਈ ਭਾਰਤ ਸਰਕਾਰ ਐਕਟ 1935 ਦੇ ਦੁਆਰਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਇਸ ਦੇ ਤਹਿਤ ਰਾਜਾਂ ਨੂੰ ਸ਼ਾਸਨ ਪ੍ਰਣਾਲੀ ਨੂੰ ਖਤਮ ਕਰਕੇ ਕੇਂਦਰ ਵਿੱਚ ਲਾਗੂ ਕਰ ਦਿੱਤਾ ਗਿਆ ਸੀ। ਰਾਜਾਂ ਵਿੱਚ ਖਤਮ ਕਰਤੀ ਸੀ, ਕੇਂਦਰ 'ਚ ਲਾਗੂ ਕਰਤੀ ਸੀ। ਨੈਕਸਟ ਹੈ, ਭਾਰਤ ਦੀ ਸੰਘੀ ਅਦਾਲਤ ਦੀ ਸਥਾਪਨਾ ਹੇਠਲੇ ਸਾਲਾਂ ਵਿੱਚੋਂ ਕਿਸ ਸਾਲ ਵਿੱਚ ਹੋਈ ਸੀ? ਦੇਖੋ, ਭਾਰਤ ਦੀ ਸੰਘੀ ਅਦਾਲਤ ਦੀ ਸਥਾਪਨਾ 1937 ਦੇ ਵਿੱਚ ਬਣਾਈ ਗਈ ਸੀ, ਪਰ ਕਿਹੜੇ ਐਕਟ ਦੇ ਅਧੀਨ ਬਣਾਈ ਗਈ ਸੀ? 1935 ਦੇ ਭਾਰਤ ਸਰਕਾਰ ਅਧੀਨਿਜ਼ਮ ਦੇ ਦੁਆਰਾ, ਠੀਕ ਹੈ। ਸੰਘੀ ਅਦਾਲਤ ਦੀ ਸਥਾਪਨਾ ਭਾਰਤ ਸਰਕਾਰ ਅਧੀਨਿਜ਼ਮ 1935 ਦੁਆਰਾ ਕੀਤੀ ਗਈ ਸੀ, ਜਿਸ ਦੀ ਸਥਾਪਨਾ 1937 'ਚ ਹੋਈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਭਾਰਤ ਵਿੱਚ ਸੰਘੀ ਅਦਾਲਤ ਦੀ ਸਥਾਪਨਾ ਹੇਠ ਲਿਖੇ ਐਕਟਾਂ ਵਿੱਚੋਂ
ਕਿਸ ਦੁਆਰਾ ਕੀਤੀ ਗਈ ਸੀ? ਹਾਂਜੀ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, ਭਾਰਤ ਵਿੱਚ ਸੰਘੀ ਅਦਾਲਤ ਦੀ ਸਥਾਪਨਾ ਕੀਤੀ ਗਈ ਸੀਗੀ 1935 ਦੇ ਅਧੀਨਿਜ਼ਮ ਦੁਆਰਾ, ਪਰ ਇਹਦੇ ਵਿੱਚ ਆਪਸ਼ਨ ਨੀਗੀ ਤਾਂ ਤੁਸੀਂ ਆਪਸ਼ਨ ਡੀ ਟਿੱਕ ਕਰੋਗੇ, ਉਪਰੋਕਤ ਵਿੱਚੋਂ ਕੋਈ ਨਹੀਂ। ਨੈਕਸਟ ਹੈ, ਭਾਰਤ ਦੇ ਸੰਵਿਧਾਨ ਵਿੱਚ ਕੇਂਦਰ ਅਤੇ ਰਾਜਾਂ ਦਰਮਿਆਨ ਕੀਤੀਆਂ ਗਈਆਂ ਸ਼ਕਤੀਆਂ ਦੀ ਵੰਡ ਹੇਠ ਲਿਖਿਆਂ ਵਿੱਚੋਂ ਕਿਸ ਯੋਜਨਾ ਵਿੱਚ ਦਰਸਾਈ ਗਈ ਹੈ? ਹਾਂਜੀ, ਭਾਰਤ ਦੇ ਸੰਵਿਧਾਨ ਵਿੱਚ ਕੇਂਦਰ ਅਤੇ ਰਾਜਾਂ ਦਰਮਿਆਨ ਜਿਹੜੀਆਂ ਸ਼ਕਤੀਆਂ ਦੀ ਵੰਡ ਕਰ ਦਿੱਤੀ ਗਈ ਸੀ, ਮਤਲਬ ਕੀ ਸੀਗਾ, ਇੱਕ ਰਾਜ ਸੂਚੀ ਬਣਾਈ ਗਈ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਿਆ, ਜਿਹਦੇ 'ਤੇ ਸਿਰਫ ਰਾਜ ਸਰਕਾਰ ਹੀ ਕਾਨੂੰਨ ਬਣਾਉਂਦੀ ਆ, ਇੱਕ ਬਣਾਈ ਗਈ ਸੀ ਸੰਘ ਸੂਚੀ ਜਿਹਦੇ 'ਤੇ ਕੇਂਦਰ ਸਰਕਾਰ ਹੀ ਕਾਨੂੰਨ ਬਣਾਉਂਦੀ ਆ, ਇੱਕ ਬਣਾਈ ਗਈ ਸੀ ਸਮਵਰਤੀ ਸੂਚੀ ਜਿਹਦੇ ਵਿੱਚ ਦੋਵੇਂ ਮਿਲ ਕੇ ਕਾਨੂੰਨ ਬਣਾਉਂਦੀਆਂ ਵਾ, ਠੀਕ ਹੈ। ਅਤੇ ਜਿਹੜੀ ਕੇਂਦਰ ਅਤੇ ਰਾਜਾਂ ਦਰਮਿਆਨ ਸ਼ਕਤੀਆਂ ਦੀ ਵੰਡ ਕੀਤੀ ਗਈ, ਜਿਹੜੀਆਂ ਇਹਨਾਂ ਨੂੰ ਸ਼ਕਤੀਆਂ ਦਿੱਤੀਆਂ ਗਈਆਂ ਸੀ ਕਿ ਤੁਸੀਂ ਕਾਨੂੰਨ ਬਣਾ ਸਕਦੇ ਹੋ, ਉਹ ਕਿਹੜੀ ਯੋਜਨਾ ਦੇ ਅਧੀਨ ਦਿੱਤੀਆਂ ਗਈਆਂ ਸੀ? ਤਾਂ ਭਾਰਤ ਸਰਕਾਰ ਐਕਟ 1935 ਦੇ ਅਧੀਨ ਦਿੱਤੀਆਂ ਗਈਆਂ ਸੀ। ਨੈਕਸਟ ਹੈ, ਭਾਰਤ ਸਰਕਾਰ ਐਕਟ 1935 ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਹੇਠ ਲਿਖੀਆਂ ਵਿੱਚੋਂ ਕਿਹੜੀ ਇੱਕ ਵਿਸ਼ੇਸ਼ਤਾ ਨਹੀਂ ਸੀ? ਹਾਂਜੀ, ਭਾਰਤ ਸਰਕਾਰ ਐਕਟ 1935 ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇਹਨਾਂ ਦੀ ਵਿਸ਼ੇਸ਼ਤਾ ਨਹੀਂ ਸੀਗੀ, ਪਹਿਲਾਂ ਪੜ੍ਹ ਲੈਂਦੇ ਹਾਂ ਕਿਹੜੀ ਨਹੀਂ ਸੀ 1935 ਦੀ। ਇਸ ਐਕਟ ਵਿੱਚ ਆਲ ਇੰਡੀਆ ਫੈਡਰੇਸ਼ਨ ਲਈ ਇੱਕ ਉਪਬੰਧ ਸੀ, ਬਿਲਕੁਲ ਸੀ। ਇਸ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਕਿ ਭਾਰਤੀ ਮਹਾਸੰਘ, ਅਖਿਲ ਭਾਰਤੀ ਮਹਾਸੰਘ ਦਾ ਉਪਬੰਧ ਕੀਤਾ ਗਿਆ ਵਾ। ਨੈਕਸਟ ਹੈ, ਬਾਕੀ ਰਹਿੰਦੇ ਵਿਸ਼ੇ ਸੂਬਾਈ ਵਿਧਾਨ ਸਭਾ ਨੂੰ ਦਿੱਤੇ ਗਏ, ਮਤਲਬ ਕੀ ਹੈ, ਅੱਧੇ ਵਿਸ਼ੇ ਰਾਜ ਸਭਾ 'ਚ ਵੰਡ ਤੇ, ਅੱਧੇ ਕਿਹਦੇ ਵਿੱਚ ਵੰਡੇ, ਰਾਜ ਸਭਾ ਅੱਧੇ ਵੰਡੇ ਗਏ ਜੀ ਸੰਘ ਸੂਚੀ ਦੇ ਵਿੱਚ, ਸੋਰੀ ਰਾਜ ਸਭਾ ਨਹੀਂ, ਇੱਕ ਅੱਧੇ ਰਾਜ ਸੂਚੀ, ਅੱਧੇ ਸੰਘ ਸੂਚੀ ਅਤੇ ਅੱਧੇ ਸੰਵਰਤੀ ਸੂਚੀ। ਜਿਹੜੇ ਕੁਝ ਕੁ ਵਿਸ਼ੇ ਰਹਿੰਦੇ ਸੀਗੇ ਉਹ ਇਹਨਾਂ ਨੇ ਲਿਖਿਆ ਕਿ ਵਿਧਾਨ ਸਭਾ ਨੂੰ ਦਿੱਤੇ ਗਏ, ਜਦਕਿ ਵਿਧਾਨ ਸਭਾ ਨੂੰ ਨਹੀਂ ਦਿੱਤੇ ਗਏ ਸੀ, ਬਾਕੀ ਰਹਿੰਦੇ ਵਿਸ਼ੇ ਗਵਰਨਰ ਜਨਰਲ ਨੂੰ ਦੇ ਦਿੱਤੇ ਗਏ ਸੀ ਕਾਨੂੰਨ ਬਣਾਉਣ ਲਈ, ਠੀਕ ਹੈ। ਤਾਂ ਆਪਸ਼ਨ ਨੰਬਰ ਬੀ ਹੀ ਇੱਥੇ ਰਾਈਟ ਆ ਕਿ ਇਹ ਕਥਨ ਆ ਜਿਹੜਾ ਇਹਨਾਂ ਦੇ ਵਿੱਚੋਂ ਸਹੀ ਨਹੀਂ ਗਾ, ਇਹਦੀ ਵਿਸ਼ੇਸ਼ਤਾ ਨਹੀਂ ਗੀ, ਠੀਕ ਹੈ, ਨਹੀਂ ਪੁੱਛਿਆ ਨਾ 1935 ਦੀ। ਨੈਕਸਟ ਹੈ, ਈਸਾਈ ਮਿਸ਼ਨਰੀਆਂ ਨੂੰ ਭਾਰਤ ਵਿੱਚ ਧਰਮ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਕਿਸ ਐਕਟ ਦੁਆਰਾ ਮਿਲੀ? ਇਹ ਤਾਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਕਿ 1813 ਦਾ ਚਾਰਟਰਡ ਅਧੀਨਿਜ਼ਮ ਦੇ ਤਹਿਤ ਈਸਾਈਆਂ ਨੂੰ ਈਸਾਈ ਧਰਮ ਦਾ ਪ੍ਰਚਾਰ ਕਰਨ ਦੀ ਪਰਮਿਸ਼ਨ ਮਿਲ ਗਈ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਭਾਰਤ ਵਿੱਚ ਬ੍ਰਿਟਿਸ਼ ਤਾਜ ਦਾ ਰਾਜ ਕਿਸ ਐਕਟ ਦੁਆਰਾ ਸਥਾਪਿਤ ਕੀਤਾ ਗਿਆ? ਦੇਖੋ, ਭਾਰਤ ਵਿੱਚ ਬ੍ਰਿਟਿਸ਼ ਤਾਜ ਦਾ ਸ਼ਾਸਨ ਗੌਰਮੈਂਟ ਆਫ ਇੰਡੀਆ 1858 ਦੇ ਤਹਿਤ ਬ੍ਰਿਟਿਸ਼ ਤਾਜ ਦਾ ਸ਼ਾਸਨ ਘੋਸ਼ਿਤ ਕਰ ਦਿੱਤਾ ਗਿਆ ਸੀ, ਠੀਕ ਹੈ, ਕਿਉਂਕਿ ਇਸ ਦੇ ਤਹਿਤ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਨੂੰ ਸਮਾਪਤ ਕਰਤਾ ਸੀ ਕਿ ਜਿੰਨੇ ਵੀ ਈਸਟ ਇੰਡੀਆ ਦੇ ਰੂਲ ਆ ਜਾਂ ਉਹਦੀ ਕੰਪਨੀ ਆ, ਹੁਣ ਮਸਾਲਿਆਂ ਦੇ ਵਪਾਰ ਕਰਨ ਦੀ ਉਹਨਾਂ ਨੂੰ ਕੀ ਜ਼ਰੂਰਤ ਸੀ, ਜਦ ਉਹਨਾਂ ਕੋਲ ਤਾਂ ਸਾਰਾ ਭਾਰਤ ਦਾ ਹੀ ਖਜ਼ਾਨਾ ਮਿਲ ਗਿਆ ਸੀ ਉਹਨਾਂ ਨੂੰ, ਠੀਕ ਹੈ। ਤਾਂ ਰਾਜਾਂ ਅਤੇ ਗਵਰਨਰ, ਇਸ ਦੇ ਤਹਿਤ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਨੂੰ ਸਮਾਪਤ ਕਰ ਦਿੱਤਾ ਗਿਆ, ਰਾਜਾਂ ਅਤੇ ਗਵਰਨਰ ਅਤੇ ਰਾਜਾਂ ਸੰਬੰਧੀ ਮਾਮਲੇ ਬ੍ਰਿਟਿਸ਼ ਤਾਜ ਨੂੰ ਦੇ ਦਿੱਤੇ ਗਏ, ਜਿੰਨੇ ਵੀ ਰਾਜ ਸੀਗੇ ਉਹਨਾਂ ਦੇ ਸੰਬੰਧੀ ਮਾਮਲੇ ਬ੍ਰਿਟਿਸ਼ ਸਰਕਾਰ ਨੂੰ ਦੇ ਦਿੱਤੇ ਗਏ ਸੀ, ਠੀਕ ਹੈ। ਨੈਕਸਟ ਹੈ, ਕਿਸ ਐਕਟ ਦਾ ਨਾਮ ਮਾਰਲੇ ਮਿੰਟੋ ਸੁਧਾਰ ਰੱਖਿਆ ਗਿਆ? ਵੈਰੀ ਇੰਪੋਰਟੈਂਟ, ਇਸ ਕਿਹੜੇ ਐਕਟ ਆ ਜਿਹਦਾ ਨਾਮ ਮਾਰਲੇ ਮਿੰਟੋ ਸੁਧਾਰ ਰੱਖਿਆ ਗਿਆ? ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, ਭਾਰਤੀ ਕੌਂਸਲ ਐਕਟ 1909 ਦੇ ਵਿੱਚ ਬਣਿਆ ਸੀ ਨਾ ਇਹ ਐਕਟ, ਜਿਹਦਾ ਨਾਮ ਸੀ ਮੋਰਲੇ ਮਿੰਟੋ ਸੁਧਾਰ 1909 ਵੀ ਇਹਨੂੰ ਕਹਿ ਦਿੱਤਾ ਜਾਂਦਾ, ਕਿਉਂਕਿ ਇਸ ਸਮੇਂ ਲਾਰਡ ਮੋਰਲੇ ਅਤੇ ਲਾਰਡ ਮਿੰਟੋ ਨੇ ਇਸ ਐਕਟ ਨੂੰ ਮਿਲ ਕੇ ਬਣਾਇਆ ਸੀ 1909 ਦੇ ਵਿੱਚ, ਇਸ ਕਰਕੇ ਭਾਰਤੀ ਕੌਂਸਲ ਐਕਟ ਨੂੰ ਮਾਰਲੇ ਮਿੰਟੋ ਐਕਟ ਬੋਲ ਦਿੱਤਾ ਜਾਂਦਾ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਕਲਾਸ ਖਤਮ ਹੁੰਦੀ ਹੈ, ਅਤੇ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਇਹ ਕਲਾਸ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇਸ ਕਲਾਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ।